ਜੀ ਕਲਾਮ ਪੀਰਾਂ ਦੇ ਪੀਰ ਦਸਤਗੀਰ ਯਾਰੀ ਵਾਲੀ ਸਰਕਾਰ ਦੀ ਸ਼ਾਨ ਚ ਆਪ ਜੀ ਦੀ ਪੇਸ਼ੇ ਖਿਦਮਤ ਹੈ। ਬਗਦਾਦ ਸ਼ਰੀਫ ਬਗਦਾਦ ਸ਼ਰੀਫ ਮੀਰਾਂ ਦਾ ਸ਼ਹਿਰ ਸੋਹਣਾ ਜਿੱਥੇ ਦੁਖੀਆਂ ਦੇ ਦੁੱਖ ਦੂਰ ਹੁੰਦੇ। ਬਗਦਾਦ ਸ਼ਰੀਫ ਮੀਰਾਂ ਦਾ ਸ਼ਹਿਰ ਸੋਹਣਾ ਜਿੱਥੇ ਦੁਖੀਆਂ ਦੇ ਦੁੱਖ ਦੂਰ ਹੁੰਦੇ। ਦੀਦ ਪਾਕ ਗੌਸ ਦੀ ਕਰਨ ਚੜੇ ਮਾਫ ਉਹਨਾਂ ਦੇ ਸਾਰੇ ਕਸੂਰ ਹੁੰਦੇ। ਦੀਦ ਪਾਕ ਗੌਸ ਦੀ ਕਰਨ ਚੜਾ ਦੀਦ ਪਾਕ ਗੌਸ ਦੀ ਕਰਨ ਚੜੇ ਸੂਰ ਹੁੰਦੇ। ਲੁਕੇ ਰਹਿਣ ਨਾ ਕਦੀ ਜਹਾਨ ਅੰਦਰ ਗੌਸ ਪਾਕ ਨੂੰ ਜਿਹੜੇ ਮਨਜ਼ੂਰ ਹੁੰਦੇ। ਇਹ ਪਰਖਦਾ ਨਹੀਂ ਖਰੇ ਸਿਆਣੇ ਮੀਰਾ ਲਜਪਾਲ ਜਮਾਨਾ ਜਾਣੇ। ਹਜ਼ੂਰ ਹਜ਼ਰਤ ਮੀਰਾ ਗੌਸ ਪਾਕ ਸਰਕਾਰ ਦੇ ਅਨੇਕਾਂ ਮਰੀਦ ਹੋਏ ਨੇ। ਉਹਨਾਂ ਵਿੱਚੋਂ ਇੱਕ ਮਰੀਦ ਹੋਇਆ ਗੁੱਜਰ। ਉਹਨੂੰ ਬੜੇ ਚਿਰ ਤੋਂ ਤਾਂਘ ਸੀ, ਬੜੀ ਤਮੰਨਾ ਸੀ ਕਿ ਮੈਂ ਹਜ਼ਰਤ ਮੀਰਾ ਗੌਸ ਪਾਕ ਸਰਕਾਰ ਦਾ ਮਰੀਦ ਹੋਵਾਂ। ਇੱਕ ਦਿਨ ਐਸਾ ਆਇਆ ਉਹ ਮੱਝਾਂ ਚਾਰਦਾ ਚਾਰਦਾ ਬਗਦਾਦ ਸ਼ਰੀਫ ਵੱਲ ਤੁਰ ਪਿਆ। ਔਰ ਜਦੋਂ ਬਗਦਾਦ ਸ਼ਰੀਫ ਪਹੁੰਚਦਾ ਉੱਥੇ ਜਾ ਕੇ ਵੇਖਦਾ ਇਸੇ ਤਰ੍ਹਾਂ ਮਹਿਫਲ ਸੱਜੀ ਹੋਈ ਹੈ। ਅਤੇ ਉਹ ਗੁੱਜਰ ਉੱਥੋਂ ਦੇ ਸੇਵਾਦਾਰਾਂ ਨੂੰ ਖਿਦਮਤਗਾਰਾਂ ਨੂੰ ਪੁੱਛਦਾ ਹੈ ਕਿ ਸੱਜਣਾ ਬੜਾ ਇਕੱਠ ਹੈ, ਕੀ ਗੱਲ ਹੈ? ਅਤੇ ਉਹ ਸੇਵਾਦਾਰ ਦੱਸਦਾ ਹੈ ਅੱਜ ਹਜ਼ਰਤ ਮੀਰਾ ਗੌਸ ਪਾਕ ਦੀ ਸਖਾਫਤ ਜੋਸ਼ ਵਿੱਚ ਆਈ ਹੈ। ਹਜ਼ੂਰ ਬੇਰਿਜ਼ਕਿਆਂ ਨੂੰ ਰਿਜ਼ਕ ਬਖਸ਼ ਰਹੇ ਨੇ, ਬੇਲਾਦ ਵਾਲੇ ਨੂੰ ਲਾਦਾਂ ਬਖਸ਼ ਰਹੇ ਨੇ। ਅਤੇ ਉਹ ਗੁੱਜਰ ਬੜਾ ਖੁਸ਼ ਹੁੰਦਾ, ਕਹਿੰਦਾ ਲੈ ਬਈ ਸੱਜਣਾ ਅੱਜ ਤਾਂ ਗੱਲ ਹੀ ਬਣ ਗਈ। ਉਹ ਵੀ ਉਸੇ ਲਾਈਨ ਵਿੱਚ ਖੜਾ ਹੋ ਜਾਂਦਾ। ਔਰ ਕਰਦੇ ਕਰਦੇ ਨੂੰ ਜਦੋਂ ਉਹਦੀ ਵਾਰੀ ਆਉਂਦੀ ਹੈ, ਹਜ਼ੂਰ ਕਹਿੰਦੇ ਨੇ ਹਜ਼ਰਤ ਮੀਰਾ ਗੌਸ ਪਾਕ ਸਰਕਾਰ, ਹਾਂ ਵੀ ਸ਼ਖਸ਼ਾ ਕੀ ਚਾਹੁੰਦਾ, ਕੀ ਲੈਣਾ? ਅਤੇ ਉਹ ਗੁੱਜਰ ਨੇ ਕਹਿਣਾ ਤੇ ਸੀ ਸਰਕਾਰ ਮੈਨੂੰ ਮਰੀਦ ਬਣਾ ਲਓ।
ਉਹ ਜਲਦੀ ਜਲਦੀ ਵਿੱਚ ਕਾਹਲੀ ਕਾਹਲੀ ਨਾਲ ਕਹਿ ਬੈਠਾ, ਸਰਕਾਰ ਮੈਨੂੰ ਪੀਰ ਬਣਾ ਲਓ। ਉਹ ਗੁੱਜਰ ਨੇ ਕਹਿਣਾ ਤੇ ਸੀ ਸਰਕਾਰ ਮੈਨੂੰ ਮਰੀਦ ਬਣਾ ਲਓ। ਉਹ ਜਲਦੀ ਜਲਦੀ ਵਿੱਚ ਕਾਹਲੀ ਕਾਹਲੀ ਨਾਲ ਖੁਸ਼ੀ ਖੁਸ਼ੀ ਵਿੱਚ ਕਹਿ ਬੈਠਾ, ਸਰਕਾਰ ਮੈਨੂੰ ਪੀਰ ਬਣਾ ਲਓ। ਤੇ ਉਹ ਹਜ਼ਰਤ ਮੀਰਾਂ ਗੌਸ ਪਾਕ ਸਰਕਾਰ ਦਾ ਦਰਬਾਰ ਸੀ, ਉੱਥੋਂ ਅੱਜ ਤੱਕ ਕੋਈ ਖਾਲੀ ਨਹੀਂ ਗਿਆ, ਉਹ ਕਿਵੇਂ ਖਾਲੀ ਮੁੜ ਜਾਂਦਾ। ਹਜ਼ੂਰ ਕਹਿੰਦੇ ਜਾ ਤੈਨੂੰ ਪੀਰੀ ਦਿੱਤੀ, ਪਰ ਉਹਦੇ ਲਈ ਤੈਨੂੰ ਇਹ ਕੜਫ ਪਕਾਉਣਾ ਪੈਣਾ, ਅੱਲਾ ਅੱਲਾ ਕਰਨਾ ਪੈਣਾ। ਉਹ ਗੁੱਜਰ ਨੇ ਅਲਫ ਇੰਨਾ ਪਗਾ ਲਿਆ, ਇੰਨਾ ਪਗਾ ਲਿਆ ਕਿ ਅਲਫ ਰਾਹੀਂ ਕੰਮ ਲੈਣੇ ਸ਼ੁਰੂ ਕਰ ਦਿੱਤੇ। ਅਲਫ ਕਹਿ ਕੇ ਮੱਝਾਂ ਨੂੰ ਖੁੱਲਿਆਂ ਛੱਡ ਦੇਣਾ, ਅਲਫ ਕਹਿ ਕੇ ਮੱਝਾਂ ਨੂੰ ਵਾਪਸ ਬੁਲਾ ਲੈਣਾ। ਇੱਕ ਦਿਨ ਕੁਛ ਜਮਾਤ ਵਾਲੇ ਲੋਕ ਰਾਹ ਵਿੱਚੋਂ ਗੁਜ਼ਰ ਰਹੇ ਸਨ ਤੇ ਉਹਨਾਂ ਦੀ ਮੁਲਾਕਾਤ ਉਹ ਗੁੱਜਰ ਨਾਲ ਹੋ ਜਾਂਦੀ। ਉਹ ਗੁੱਜਰ ਖਾਲੀ ਖੂਹ ਦੇ ਕੋਲ ਜੰਗਲ ਵੇਲੇ ਵਿੱਚ ਬੈਠਾ ਹੁੰਦਾ ਤੇ ਉਹ ਰਾਹੀ ਜਮਾਤ ਵਾਲੇ ਲੋਕ ਕਹਿੰਦੇ ਨੇ ਵੀ ਸੱਜਣਾ, ਅਸੀਂ ਰੋਜ਼ੇ ਤੋਂ ਫਾਰਗ ਹੋਣਾ, ਰੋਜ਼ਾ ਤੋੜਨਾ, ਇੱਥੇ ਕੋਈ ਪਾਣੀ ਦਾ ਪ੍ਰਬੰਧ ਹੈ? ਉਹ ਕਹਿੰਦਾ ਨਹੀਂ ਜੀ, ਇਹ ਜੰਗਲ ਵੇਲਾ, ਇਹ ਖੂਹ ਵੀ ਸੁੱਕਿਆ, ਇੱਥੇ ਪਾਣੀ ਦਾ ਕੋਈ ਪ੍ਰਬੰਧ ਨਹੀਂ। ਉਹ ਫਿਰ ਕਹਿੰਦੇ ਨੇ ਜੇ ਕੋਈ ਪਾਣੀ ਦਾ ਪ੍ਰਬੰਧ ਹੋ ਸਕਦਾ ਤਾਂ ਕਰ ਦੇ। ਤੇ ਉਹ ਗੁੱਜਰ ਕਹਿੰਦਾ ਜੇ ਤੁਸੀਂ ਹੁਕਮ ਕਰੋ ਤੇ ਮੈਂ ਆਹ ਖਾਲੀ ਖੂਹ ਚਲਾ ਦਿਆਂ। ਇੰਨੀ ਗੱਲ ਕਹਿ ਕੇ ਉਹਨੇ ਖਾਲੀ ਖੂਹ ਚਲਾ ਦਿੱਤਾ ਤੇ ਉਹ ਰਾਹੀ ਜਮਾਤ ਵਾਲੇ ਲੋਕ ਉਹ ਬੜੇ ਹੈਰਾਨ ਹੁੰਦੇ ਕਿ ਇਹ ਕਾਮ ਜਿਹਾ ਬੰਦਾ ਇੰਨੀ ਵੱਡੀ ਪਾਵਰ ਲਈ ਬੈਠਾ। ਤੇ ਉਹਨੂੰ ਪੁੱਛਦੇ ਨੇ ਸੱਜਣਾ ਤੂੰ ਕੌਣ ਆ? ਤੇ ਉਹ ਗੁੱਜਰ ਦਾ ਜਵਾਬ ਕੀ ਸੀ? ਮੈਂ ਕਾਦਰੀ ਹੂੰ, ਮੈਂ ਕਾਦਰੀ ਹੂੰ, ਸ਼ੁਕਰ ਹੈ ਰੱਬੇ ਕਾਦਰ ਕਾ, ਦਾਮਨ ਹੈ ਮੇਰੇ ਹੱਥ ਮੇ ਪੀਰਾਂ ਨੇ ਪੀਰ ਕਾ, ਫਿਰ ਉਹ ਗੁੱਜਰ, ਉਹ ਗੁੱਜਰ ਮਰੀਦਾਂ ਨਾਲ ਰਲ ਕੇ ਕੀ ਕਹਿ ਰਿਹਾ? ਤੁਸੀਂ ਵੀ ਕਹਿਣਾ ਇੱਕ ਵਾਰੀ ਸਾਰਿਆਂ ਨੇ ਆਪੋ ਆਪਣੇ ਮੁਰਸ਼ਦ ਦੇ ਚਰਨਾਂ ਵਿੱਚ, ਜਿਹਨੂੰ ਜਿਹਨੂੰ ਅੱਜ ਸਰਕਾਰਾਂ ਦੇ ਮੇਲੇ ਦੀ ਖੁਸ਼ੀ ਹੈ, ਸਰਕਾਰ ਦੇ ਚਰਨਾਂ ਵਿੱਚ ਕਹਿਣਾ ਹੱਥ ਤਾਂ ਕਰਕੇ ਤਾੜੀ ਨਾਲ ਹਾਜ਼ਰੀ ਭਰ ਕੇ ਕੀ ਤੇਰੇ ਸਦਕੇ ਹੋ, ਤੇਰੇ ਸਦਕੇ, 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 ਤੇਰੇ ਸਦਕੇ ਆਪਣਾ ਬਣਾਇਆ ਏ।
ਜਿਸ ਨੂੰ ਚਮਕਾ